ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਅੱਜ ਮੈਂ ਤੁਹਾਨੂੰ ਮਾਤਰਾ ਕੰਨਾ ਲਗਾ ਕੇ ਅੱਖਰ ਜੋੜ ਕਰਵੋਣ ਜਾ ਰਹੀ ਹਾਂ ਮਾਤਰਾ ਕੰਨਾ ਆਪਾਂ ਇਸ ਤਰ੍ਹਾਂ ਲਗਾਉਂਦੇ ਹਾਂ ਮਾਤਰਾ ਕੰਨਾ ਦੀ ਲੰਬਾਈ ਅੱਖਰ ਦੀ ਲੰਬਾਈ ਤੋਂ ਅੱਧੀ ਹੁੰਦੀ ਹੈ ਨੰਬਰ 1 ਹਾ ਹਾ ਹਾਹੇ ਨੂੰ ਕੰਨਾ ਰਾ ਰਾ ਹਾਰ ਕ ਕਕੇ ਨੂੰ ਕੰਨਾ ਰਾ ਰਾ ਕਾਰ ਤ ਤਾ ਤੱਤੇ ਨੂੰ ਕੰਨਾ ਲੱਲਾ ਤਾਲ ਜੱਜਾ ਜੱਜੇ ਨੂੰ ਕੰਨਾ ਲੱਲਾ ਜਾਲ ਗੱਗਾ ਗੱਗੇ ਨੂੰ ਕੰਨਾ ਜੱਜਾ ਰਾਰਾ ਗਾਜਰ ਨੰਨਾ ਨੰਨੇ ਨੂੰ ਕੰਨਾ ਪੈਂਕਾ ਕਕਾ ਨਾਟਕ ਰਾਰਾ ਰਾਰੇ ਨੂੰ ਕੰਨਾ ਜੱਜਾ ਨੰਨਾ ਰਾਜਨ ਬੱਬਾ ਬੱਬੇ ਨੂੰ ਕੰਨਾ ਲੱਲਾ ਕਕਾ ਬਾਲਕ ਚਾਚਾ ਚਾਚੇ ਨੂੰ ਕੰਨਾ ਲੱਲਾ ਕਕਾ ਚਾਲਕ ਮਮਾ ਮਮੇ ਨੂੰ ਕੰਨਾ ਸਸਾ ਟੈਂਕਾ ਰਾਰਾ ਮਾਸਟਰ ਡੱਡਾ ਡੱਡੇ ਨੂੰ ਕੰਨਾ ਕਕਾ ਟੈਂਕਾ ਰਾਰਾ ਡਾਕਟਰ ਲੱਲਾ ਲੱਲੇ ਨੂੰ ਕੰਨਾ ਸਸਾ ਪੈਂ ਕ ਕ ਲਾਸਟ ਹੁਣ ਆਪਾਂ ਕਰਾਂਗੇ ਬੇਟੇ ਮਾਤਰਾ ਕੰਨਾ ਵਾਲੇ ਸ਼ਬਦ ਬੇਟੇ ਇਹ ਧਿਆਨ ਵਿੱਚ ਰੱਖਣਾ ਹੈ ਮਾਤਰਾ ਕੰਨਾ ਦੀ ਲੰਬਾਈ ਅੱਖਰ ਦੀ ਲੰਬਾਈ ਤੋਂ ਅੱਧੀ ਹੁੰਦੀ ਹੈ ਇਹ ਅੱਧੀ ਹੀ ਲੱਗੇਗੀ ਸਾਰੇ ਸ਼ਬਦਾਂ ਵਿੱਚ ਹਾਹੇ ਨੂੰ ਕੰਨਾ ਰਾਰਾ ਹਾਰ ਤੱਤੇ ਨੂੰ ਕੰਨਾ ਰਾਰਾ ਤਾਰ ਦੱਦੇ ਨੂੰ ਕੰਨਾ ਦੱਦੇ ਨੂੰ ਕੰਨਾ ਦਾਦਾ ਚੱਚੇ ਨੂੰ ਕੰਨਾ ਚੱਚੇ ਨੂੰ ਕੰਨਾ ਚਾਚਾ ਕੱਕੇ ਨੂੰ ਕੰਨਾ ਕੱਕੇ ਨੂੰ ਕਾਕਾ ਮੰਮੇ ਨੂੰ ਕੰਨਾ ਤੱਤੇ ਨੂੰ ਕੰਨਾ ਮਾਤਾ ਰਾਰੇ ਨੂੰ ਕੰਨਾ ਮੰਮਾ ਰਾਮ ਚੱਚੇ ਨੂੰ ਕੰਨਾ ਰਾਰਾ ਚਾਰ ਸੱਸੇ ਨੂੰ ਕੰਨਾ ਗੱਗਾ ਰਾਰਾ ਸਾਗਰ ਪੱਪੇ ਨੂੰ ਕੰਨਾ ਰਾਰਾ ਕੱਕਾ ਪਾਰਕ ਰਾਰਾ ਸਸਾ ਤੱਤੇ ਨੂੰ ਕੰਨਾ ਰਸਤਾ ਪੱਪੇ ਨੂੰ ਕੰਨਾ ਲੱਲਾ ਕਕਾ ਪਾਲਕ ਬੱਬੇ ਨੂੰ ਕੰਨਾ ਲੱਲਾ ਕਕਾ ਬਾਲਕ ਰਾਰੇ ਨੂੰ ਕੰਨਾ ਜਜਾ ਨੰਨਾ ਰਾਜਨ ਸਸਾ ਸਸਾ ਤੱਤੇ ਨੂੰ ਕੰਨਾ ਸਸਤਾ ਧੰਨਵਾਦ